ਮੇਰੀ ਸਤਸੰਗ ਜੀਓ ਅੱਜ ਡੇਰਾ ਬਾਬਾ ਭਗਤ ਰਾਮ ਜੀ 1008 ਬਾਬਾ ਜੀ ਦੇ ਡੇਰੇ ਦੇ ਗੱਦੀ ਨਸ਼ੀਨ ਬਾਬਾ ਜੀ ਇਹ ਨੇਸ਼ਗਰ ਜੀ 108 ਉਹਨਾਂ ਦੀ ਰਹਿਨੁਮਾਈ ਹੇਠ ਗ੍ਰਾਮ ਪੰਚਾਇਤ ਨੰਗਲ ਖੁੰਗਾ ਦੇ ਸਰਪੰਚ ਗੁਰਪ੍ਰੀਤ ਕੌਰ ਅਤੇ ਪਤਨੀ ਬਾਰਾ ਸਿੰਘ ਵੱਲੋਂ ਅੱਜ ਪਿੰਡ ਦੀ ਗਰੀਬ ਜਨਤਾ ਨੂੰ ਜਿਹੜਾ ਘਰ ਘਰ ਜਾ ਕੇ ਰਾਸ਼ਨ ਵੰਡਿਆ ਗਿਆ ਇਹਦੇ ਵਿੱਚ ਮੇਰੇ ਵੀਰਾਂ ਨੇ ਕਈਆਂ ਨੇ ਬਹੁਤਾ ਰੌਲਾ ਪਾਇਆ ਵੀ ਸਰਕਾਰ ਨੇ 5-5 ਹਜ਼ਾਰ ਰੁਪਇਆ ਸਰਪੰਚ ਨੂੰ ਭੇਜਿਆ ਉਹਦਾ ਵੰਡਿਆ ਜਾ ਰਿਹਾ ਇਹ ਨਿਰੋਲ ਝੂਠ ਹੈ ਸਰਕਾਰ ਵਾਲਾ ਜੇ ਕੋਈ ਪੈਸਾ ਨਹੀਂ ਆ ਅਸੀਂ ਬੇਨਤੀ ਵਾਰ ਵਾਰ ਪ੍ਰਸ਼ਾਸਨ ਨੂੰ ਕਰ ਰਹੇ ADM ਸਾਹਿਬ ਨਾਲ ਵੀ ਗੱਲ ਹੋਈ ADM ਸਾਹਿਬ ਨਾਲ ਕੱਲ੍ਹ ਇਹ ਵੀ ਬੇਨਤੀ ਵੀ ਕੀਤੀ ਗਈ ਉਹ ਕਹਿੰਦਾ ਜੀ ਸਾਡੇ ਬੰਦੇ ਲੈ ਜਾਓ NGO 'ਤੇ ਜਾਣਗੇ ਅਤੇ ਤੁਸੀਂ ਉੱਥੇ ਜਾ ਕੇ ਰਾਸ਼ਨ ਵੰਡੋ ਅਤੇ ਸਾਡੇ NGO ਦੇ ਬੰਦੇ ਰਾਸ਼ਨ ਵੰਡਣਗੇ ਅਤੇ ਸਾਡਾ ਨਾਂ ਹੋਵੇ ਰਾਸ਼ਨ ਤੁਸੀਂ ਵੰਡੋ ਪੈਸੇ ਤੁਸੀਂ ਖਰਚੋ ਇਸ ਤਹਿਤ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਗਰੀਬ ਜਨਤਾ ਨੂੰ ਜਲਦੀ ਜਲਦੀ ਰਾਸ਼ਨ ਪਹੁੰਚਾਇਆ ਜਾਵੇ ਔਰ ਜਿਹੜਾ ਤੁਸੀਂ ਇਹ ਲੋਕਾਂ ਨਾਲ ਵਾਅਦਾ ਕੀਤਾ ਵੀ ਘਰ ਘਰ ਰਾਸ਼ਨ ਪਹੁੰਚਾਇਆ ਜਾਊਗਾ ਜੇ ਤਾਂ ਤੁਸੀਂ ਸਾਨੂੰ ਇਹ 5000 ਰੁਪਇਆ ਪੰਚਾਇਤ ਦੇ ਅਕਾਊਂਟ 'ਚ ਪਾ ਦਿਓਗੇ ਉਸ ਨੇ 5000 ਰੁਪਏ ਦਾ ਵੀ ਰਾਸ਼ਨ ਲੈ ਕੇ ਦੁਬਾਰਾ ਫਿਰ ਵੰਡ ਦਿੱਤਾ ਜਾਊਗਾ ਇਹ ਜਿਹੜਾ ਮੇਰੇ ਕਈਆਂ ਵੀਰਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਵਹਿ ਭਰਿਆ ਹੋਇਆ ਵੀ ਸ਼ਾਇਦ ਸਰਪੰਚ ਨੂੰ ਇਹ 5000 ਰੁਪਇਆ ਸਰਕਾਰ ਨੂੰ ਰੋਜ਼ ਆ ਰਿਹਾ ਉਹਦਾ ਮੰਨਿਆ ਜਾ ਰਿਹਾ ਭਰਾਓ ਕੋਈ ਰੁਪਇਆ ਨਹੀਂ ਆ ਰਿਹਾ ਕੋਈ ਇੱਕ ਦੁਆਨੀ ਨਹੀਂ ਮਿਲ ਰਹੀ ਇਹ ਜਿਹੜਾ ਆਪਣੀ ਜੇਬ ਦੇ ਵਿੱਚੋਂ ਪੰਚਾਇਤ ਨੂੰ 1000-1000 ਰੁਪਇਆ ਪਰ ਮੈਂਬਰ ਇਕੱਠਾ ਕੀਤਾ ਗਿਆ ਦੋ ਤਿੰਨ ਮੇਰੇ ਵੀਰ ਪੋਚਾ ਰਿਹਾ ਜਿਹਨਾਂ ਨੇ ਮੈਨੂੰ 1000-1000 ਰੁਪਇਆ ਦਿੱਤਾ ਇੱਕ ਮੇਰਾ ਵੀਰ ਰਾਜਾ ਸਿੰਘ ਨੇ 2000 ਰੁਪਇਆ ਦਿੱਤਾ ਬਾਕੀ ਸਾਰਾ ਜੋ ਖਰਚਾ ਸਰਪੰਚ ਆਪਣੀ ਜੇਬ 'ਚੋਂ ਕਰ ਰਿਹਾ ਅਤੇ ਇਹ ਤੁਹਾਡੇ ਅਸ਼ੀਰਵਾਦ ਸਦਕਾ ਤੁਸੀਂ ਸਰਪੰਚ ਬਣਾ ਅਤੇ ਸਰਪੰਚ ਦਾ ਵੀ ਕੋਈ ਫਰਜ਼ ਬਣਦਾ ਭਈ ਇਹ ਸੌਖੀ ਘੜੀ ਦੇ ਵਿੱਚ ਜਿੱਥੇ ਕਿ ਕਰੋਨਾ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਅਤੇ ਮੇਰੇ ਵੀਰਾਂ ਦੀ ਜਿਹੜੀ ਕੋਈ ਸਹਾਇਤਾ ਕੀਤੀ ਜਾਵੇ ਇਹ ਮੈਂ ਆਪਣੇ ਫਰਜ਼ ਨੂੰ ਅਦਾ ਕਰਦਿਆਂ ਹੋਇਆਂ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਇਹ ਸਾਡੀ ਪੰਚਾਇਤ ਅਤੇ ਮੇਰੇ ਸਰਪੰਚ ਬਾਰਾ ਸਿੰਘ ਅਤੇ ਮੇਰੀ ਪਤਨੀ ਗੁਰਪ੍ਰੀਤ ਵੱਲੋਂ ਕੀਤਾ ਜਾ ਰਿਹਾ ਮੇਰੀ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਔਰ ਪੰਚਾਇਤਕ ਮੈਂਬਰਾਂ ਦੇ ਜਿਹੜਾ ਜੇਬ ਦੇ ਵਿੱਚੋਂ 1000-1000 ਰੁਪਇਆ ਖਰਚਾ ਕੀਤਾ ਗਿਆ ਤੁਹਾਡੀ ਭਾਈ ਨੇ 1500 ਰੁਪਇਆ ਖਰਚਾ ਕੀਤਾ ਰਾਜੇ ਭਾਈ ਨੇ 2000 ਰੁਪਏ ਦਿੱਤਾ ਮੇਰੇ ਪੁਲਿਸ ਵਾਲੇ ਭਰਾਵਾਂ ਨੇ 1000-1000 ਰੁਪਏ ਦਿੱਤਾ ਤਕਰੀਬਨ 10-1000 ਰੁਪਇਆ ਖਰਚਾ ਉਹਨਾਂ ਤੋਂ ਇਕੱਠਾ ਹੋਇਆ ਇਹ ਜਿਹੜਾ 70,000 ਰੁਪਏ ਦਾ ਪੰਚ ਰਾਸ਼ਨ ਬਣਿਆ ਗਿਆ ਬਾਕੀ ਦਾ ਖਰਚਾ ਜਿਹੜਾ ਸਰਪੰਚ ਨੇ ਆਪਣੀ ਜੇਬ 'ਚੋਂ ਕੀਤਾ ਕਿਸੇ ਸਰਕਾਰ ਦਾ ਕੋਈ ਪੈਸਾ ਨਹੀਂ ਕਿਸੇ ਹੋਰ ਕਿਸੇ ਸਮਾਜ ਸੇਵਾ ਸੰਸਥਾ ਦਾ ਕੋਈ ਪੈਸਾ ਨਹੀਂ ਅਵਤਾਰ ਭਾਅ ਜੀ ਜਿਹੜੇ ਉਹ ਮੈਨੂੰ ਕਹਿ ਗਿਆ ਸਾਡੇ ਸਮਾਜ ਸੇਵਾ ਮਾਨਵਤਾ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਭਈ ਮਾਠ ਜੀ ਤੁਹਾਨੂੰ 200 ਰੁਪਇਆ ਦੇਣਾ ਉੱਥੇ ਮਜ਼ਾਕ ਹੀ ਕਰਦੇ ਸੀ ਹੋ ਸਕਦਾ 20,000 ਰੁਪਏ ਦੇ ਦੇਣ ਉਹ ਜਿਹੜੇ ਪੈਸਾ ਆਊਗਾ ਦੁਬਾਰਾ ਤੁਹਾਡੇ ਸਾਹਮਣੇ ਅਨਾਊਂਸ ਕਰ ਦਿੱਤਾ ਜਾਊਗਾ ਅਤੇ ਉਹ ਮੈਂ ਆਪਣੇ ਵੀਰਾਂ ਜੀ ਦਾ ਸਾਰੇ ਭੈਣਾਂ ਭਰਾ ਧੰਨਵਾਦੀ ਹਾਂ ਸਰਜੀਤ ਭਾਅ ਜੀ ਆ ਗਏ ਇਹਨਾਂ ਨੂੰ ਕਹਿ ਰਾਸ਼ਨ ਦਿਓ ਅਤੇ ਹਾਂ ਲਓ ਵੀਰਾਂ ਜੀ ਦੁੱਧ ਪਾ ਕੇ ਦਿਓ ਇਹ ਦੁੱਧ ਦੀ ਸੇਵਾ ਅਤੇ ਅਨਾਜ ਦੀ ਸੇਵਾ ਜਿਹਦੇ ਵਿੱਚ ਖੰਡ ਚੌਲ ਅਤੇ ਉੱਤੋਂ ਉਪਰੰਤ ਆਟਾ ਅਤੇ ਰਿਫਾਇੰਡ ਜਿਹੜਾ ਇਹ ਪੰਚਾਇਤ ਨੂੰ ਸਾਧ ਸੰਗਤ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਤੋ ਅਸੀਂ ਸਾਰੀ ਸਾਧ ਸੰਗਤ ਦੇ ਧੰਨਵਾਦੀ ਹਾਂ ਅਸੀਂ ਉਹਨਾਂ ਮੇਰੇ ਵੀਰਾਂ ਦੇ ਧੰਨਵਾਦੀ ਹਾਂ ਜਿਹਨਾਂ ਨੇ ਮੇਰੇ ਕੋਲੋਂ ਘਰ ਆਣ ਕੇ ਜਾਂ ਜਿਹਨਾਂ ਨੇ ਮੇਰੇ ਕੋਲੋਂ ਇੱਥੇ ਘਰ ਘਰ ਮੈਂ ਜਾ ਕੇ ਜਿਹੜੀ ਉਹਨਾਂ ਦੀ ਸੇਵਾ ਕੀਤੀ ਆ ਦਾਸ ਉਹਨਾਂ ਭੈਣਾਂ ਭਰਾਵਾਂ ਦਾ ਚਰਨਾਂ ਦਾ ਦਾਸ ਆ ਅਤੇ ਦਾਸ ਦਾ ਫਰਜ਼ ਵੀ ਬਣਦਾ ਦਾਸ ਆਪਣੇ ਤੋਂ ਆਪਣੀ ਪੰਚਾਇਤ ਵੱਲੋਂ ਜਿਹੜੀ ਸੇਵਾ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਭਗਤ ਰਾਮ ਜੀ ਦੇ ਬਹੁਤ ਧੰਨਵਾਦੀ ਹਾਂ ਬਾਬਾ ਜੀ ਦੇ ਸਹਿਯੋਗ ਸਤਿਕਾਰ ਇਹ ਜੋ ਕੰਮ ਕੀਤਾ ਜਾ ਰਿਹਾ ਇਹ ਬਾਬਾ ਦਾ ਆਸ਼ੀਰਵਾਦ ਆ ਬਾਬਾ ਜੀ ਦੁਆਰਾ ਇਹਨੂੰ ਸਾਰਾ ਕੁਝ ਦਿੱਤਾ ਗਿਆ ਬਾਬਾ ਜੀ ਦੇ ਕਰਮ ਕਰਮਲਾਂ ਨਾਲ ਬਣਿਆ ਜਾ ਰਿਹਾ ਮੈਂ ਬਾਬਾ ਨੂੰ ਬੇਨਤੀ ਕੀਤੀ ਸੀ ਪਰ ਬਾਬਾ ਜੀ ਇਸ ਵੇਲੇ ਪਾਠ 'ਤੇ ਬੈਠ ਗਏ ਬਾਬਾ ਜੀ ਆ ਕੇ ਵੀ ਆਪਣਾ ਜਿਹੜਾ ਇੱਥੇ ਆਪਣੇ ਜਿਹੜਾ ਆਸ਼ੀਰਵਾਦ ਸਾਨੂੰ ਇਹ ਦੇਣਾ ਸੀਗਾ ਅਸੀਂ ਬਾਬਾ ਜੀ ਦੇ ਤਹਿਤ ਨੂੰ ਧੰਨਵਾਦੀ ਹਾਂ ਜਿਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਹਰ ਵੇਲੇ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਡੇਰਾ ਬਾਬਾ ਭਗਤ ਰਾਮ ਜੀ ਜੈ ਗੁਰੂ ਰਵਿਦਾਸ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ